ਆਸਮਾਨੀ ਬਿਜਲੀ ਡਿੱਗਣ ਦੇ ਨਾਲ ਇੱਕ ਪਿੰਡ ਦੇ ਵਿੱਚ ਵੱਡਾ ਨੁਕਸਾਨ ਹੋਇਆ, ਜਿਸ ਦੇ ਕਾਰਨ ਕਈ ਘਰ ਨੁਕਸਾਨੇ ਗਏ ਨੇ। ਤਾਂ ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਇੱਕ 2 ਮੰਜ਼ਿਲਾ ਨਵੀਂ ਕੋਠੀ ਵੀ ਪਿੰਡ ਦੇ ਵਿੱਚ ਬੁਰੇ ਤਰੀਕੇ ਦੇ ਨਾਲ ਆਸਮਾਨੀ ਬਿਜਲੀ ਡਿੱਗਣ ਕਾਰਨ ਨੁਕਸਾਨੀ ਗਈ ਹੈ। ਕਿਹਾ ਜਾ ਰਿਹਾ ਕਿ ਉਸ ਕੋਠੀ ਦੇ ਵਿੱਚ ਲੱਗੇ ਸਾਰੇ ਹੀ ਬਿਜਲੀ ਦੇ ਉਪਕਰਨ ਸੜ ਕੇ ਸਵਾਹ ਹੋਏ ਨੇ ਤੇ ਪਰਿਵਾਰ ਦਾ ਵੱਡਾ ਨੁਕਸਾਨ ਹੋਇਆ। ਹਾਲਾਂਕਿ ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਕੋਠੀ ਦੀ, ਤਾਂ ਕੋਠੀ ਦੇ ਵਿੱਚ ਵੀ ਕਈ ਥਾਵਾਂ ਤੇ ਬਿਜਲੀ ਡਿੱਗਣ ਦੇ ਨਾਲ ਤਰੇੜਾਂ ਪੈ ਗਈਆਂ ਨੇ ਤੇ ਕੋਠੀ ਵਾਲਿਆਂ ਦਾ ਵੱਡਾ ਨੁਕਸਾਨ ਹੋਇਆ। ਤਾਂ ਦੱਸ ਦਈਏ ਕਿ ਬੀਤੇ ਦਿਨਾਂ ਜਿੱਥੇ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਗੜੇਮਾਰੀ ਹੋਈ ਹੈ, ਆਸਮਾਨੀ ਬਿਜਲੀ ਲਿਸ਼ਕੀ ਹੈ, ਉੱਥੇ ਹੀ ਕਿਹਾ ਜਾ ਰਿਹਾ ਕਿ ਮੀਂਹ ਨੇ ਕਣਕਾਂ ਦੀ ਫਸਲ ਦਾ ਵੱਡਾ ਨੁਕਸਾਨ ਕੀਤਾ ਹੈ। ਪਰ ਬਠਿੰਡਾ ਦੇ ਵਿੱਚ ਕਿਹਾ ਜਾ ਰਿਹਾ ਕਿ ਇੱਕ ਪਿੰਡ ਦੇ ਵਿੱਚ ਆਸਮਾਨੀ ਬਿਜਲੀ ਡਿੱਗੀ ਹੈ, ਜਿਸ ਦੇ ਵਿੱਚ ਕਈ ਘਰ ਬੁਰੇ ਤਰੀਕੇ ਨਾਲ ਨੁਕਸਾਨੇ ਗਏ ਨੇ। ਤਾਂ ਇੱਕ ਪਰਿਵਾਰ ਦਾ ਵੱਡਾ ਨੁਕਸਾਨ ਹੋਇਆ। ਹਾਲ ਹੀ ਦੇ ਦਿਨਾਂ ਦੇ ਵਿੱਚ ਇਹ 2 ਮੰਜ਼ਿਲਾ ਕੋਠੀ ਬਣਾਈ ਸੀ ਅਤੇ ਉਸਦੇ ਉੱਪਰ ਆਸਮਾਨੀ ਬਿਜਲੀ ਡਿੱਗ ਜਾਂਦੀ ਹੈ, ਜਿਸ ਦੇ ਕਾਰਨ ਕੋਠੀ ਦੇ ਵਿੱਚ ਕਈ ਥਾਵਾਂ 'ਤੇ ਤਰੇੜਾਂ ਪੈ ਗਈਆਂ ਨੇ। ਜੋ ਬਿਜਲੀ ਦੇ ਉਪਕਰਨ ਲਗਾਏ ਸੀ ਉਹਨਾਂ ਦਾ ਵੱਡਾ ਨੁਕਸਾਨ ਹੋਇਆ। ਕਿਹਾ ਜਾ ਰਿਹਾ ਕਿ ਕਰੀਬ 3 ਤੋਂ 4 ਲੱਖ ਦਾ ਇਸ ਪਰਿਵਾਰ ਦਾ ਵੱਡਾ ਨੁਕਸਾਨ ਹੋਇਆ। ਸਾਡੇ ਪਿੰਡ ਅਮਰ ਸਿੰਘ ਸਨ ਆਫ ਮੇਜਰ ਸਿੰਘ ਆਪਣੇ ਘਰ ਦੇ ਨਜ਼ਦੀਕ ਹੀ ਹੈ ਜੀ, ਅਤੇ ਕੁਦਰਤੀ ਜਿਹੜੀ ਅਸਮਾਨੀ ਬਿਜਲੀ ਹੈਗੀ ਆ ਉਹ ਡਿੱਗ ਪਈ, ਛੱਤ ਟੈਂਕੀ ਦੀ ਛੱਤ ਦੇ ਉੱਪਰ ਡਿੱਗੀ ਆ ਅਤੇ ਟੈਂਕੀ ਦੀ ਛੱਤ ਪਾੜ ਕੇ ਬਿਜਲੀ ਥੱਲੇ ਮਕਾਨ ਦੇ ਵਿੱਚ ਵੀ ਆ ਗਈ। ਬਸ ਇੱਕ ਜਾਨੀ ਨੁਕਸਾਨ ਹੀ ਨਹੀਂ ਹੋਇਆ ਅਤੇ ਹੋਰ ਕੋਈ ਵੀ ਸਮਾਨ ਘਰ ਦਾ ਨਹੀਂ ਵਜਿਆ। ਘਰ ਦੇ ਜੋ ਵੀ ਫਰਿੱਜ ਸੀ, ਟੀ ਵੀ ਸੀ, 2 AC ਸੀ, ਮੋਬਾਈਲ, ਕੈਮਰੇ, ਹਰ ਇੱਕ ਚੀਜ਼ ਹੀ ਸੜ ਗਈ ਜੀ, ਮੀਟਰ ਤੱਕ ਵੀ ਸੜ ਗਿਆ। ਅਤੇ ਖੜਕਾ ਇੰਨਾ ਭਿਆਨਕ ਸੀ ਕਿ ਆਂਢੀ ਗੁਆਂਢੀ ਵੀ ਬਹੁਤ ਘਬਰਾ ਗਏ ਸੀਗੇ। ਅਤੇ ਜਦੋਂ ਅਸੀਂ ਸੁਬਾਹ ਆ ਕੇ ਵੇਖਿਆ ਅਤੇ ਕੋਠੀ ਦੇ ਵਿੱਚ ਉਦੋਂ ਵੀ ਧੂੰਆਂ ਵਗੈਰਾ ਬਹੁਤ ਆ ਰਿਹਾ ਸੀਗਾ ਅਤੇ ਅੰਦਰ ਵੀ ਵੜਨਾ ਵੀ ਮੁਸ਼ਕਲ ਹੋਇਆ ਪਿਆ ਸੀਗਾ। ਆਂਢ ਗੁਆਂਢ ਦਾ ਵੀ ਨੁਕਸਾਨ ਹੋਇਆ ਜੀ, ਕੈਮਰੇ ਸੜ ਗਏ, ਕਿਸੇ ਦੀ ਫਰਿੱਜ ਸੜ ਗਈ, ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ। ਕਿੰਨਾ ਕੁ ਨੁਕਸਾਨ ਟੋਟਲ ਕਿੰਨਾ ਕੁ ਲੱਗਦਾ ਹੋਊਗਾ? ਨੁਕਸਾਨ ਇਹਨਾਂ ਦਾ ਜੀ 3 ਲੱਖ ਤੋਂ ਉੱਪਰ ਹੀ ਹੋਣਾ, ਘੱਟ ਨਹੀਂ ਗਾ, ਕਿਉਂਕਿ ਕੋਠੀ ਹੈਗੀ ਹੈਗੀ ਡਬਲ ਸਟੋਰੀ ਹੈਗੀ ਸੀਗੀ, ਸਮਾਨ ਬਹੁਤ ਜ਼ਿਆਦਾ ਸੀਗਾ ਜੀ ਵਿੱਚ ਅਤੇ ਸਾਰੀ ਫਿਟਿੰਗ ਵਗੈਰਾ ਬਹੁਤ ਵਧੀਆ ਵਧੀਆ ਚੀਜ਼ਾਂ ਲੱਗੀਆਂ ਸੀ, ਵਿਚਾਰਿਆਂ ਦਾ ਸਾਰੇ ਸੜ ਕੇ ਸਵਾਹ ਹੋ ਗਿਆ ਜੀ। ਅਤੇ ਪਟਵਾਰੀ ਵਗੈਰਾ ਨੂੰ ਜਾਂ ਕਿਸੇ ਅਫਸਰ ਨੂੰ ਦੱਸਤਾ, ਸੂਚਨਾ ਦਿੱਤੀ? ਹਾਂਜੀ, ਪਟਵਾਰੀ ਨੂੰ ਸੂਚਨਾ ਦਿੱਤੀ ਹੈ ਜੀ। ਹੁਣ ਅਸੀਂ ਜਾਵਾਂਗੇ ਜੀ, SDM ਕੋਲ ਵੀ ਜਾਵਾਂਗੇ, DC ਦਫ਼ਤਰ ਵੀ ਜਾਵਾਂਗੇ ਵੀ ਕੋਈ ਇਹਨਾਂ ਦੀ ਪਰਿਵਾਰ ਦੀ ਕੋਈ ਹੈਲਪ ਹੋ ਸਕੇ ਜੀ। ਅਤੇ ਮੀਟਰ ਵਗੈਰਾ ਵੀ? ਹਾਂਜੀ, ਮੀਟਰ ਵੀ ਬਿਲਕੁਲ ਹੀ ਸੜ ਗਿਆ ਜੀ, ਮੀਟਰ ਵੀ। ਕੀ ਗੱਲ, ਅਸਮਾਨੀ ਬਿਜਲੀ ਡਿੱਗਣ ਨਾਲ ਜੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। AC ਸੀਗੇ, ਇਨਵੈਟਰ ਸੀਗਾ ਜੀ, ਕੈਮਰੇ ਸੀਗੇ ਜੀ, LCD, ਕੋਈ ਵੀ ਸਮਾਨ ਨਹੀਂ, ਮਤਲਬ ਕੋਈ ਪੱਖੇ ਨਹੀਂ ਬਚੇ, ਕੋਈ ਸਾਰਾ ਸਮਾਨ, ਮਤਲਬ ਇਹ ਪਤਾ ਲੱਗਾ ਡਿੱਗੀ ਕਿੱਥੇ ਸੀ? ਨਹੀਂ, ਉੱਪਰੋਂ ਡਿੱਗੀ ਆ ਜੀ, ਥੱਲੇ ਆ ਗਈ ਕੋਠੀ ਦੇ ਵਿੱਚ। ਅੱਛਾ, ਛੱਤ 'ਤੇ ਡਿੱਗੀ ਆ ਜੀ, ਛੱਤ ਵੀ ਟੱਪ ਕੇ ਥੱਲੇ ਆ ਕੇ ਫਿਰ ਉੱਥੋਂ ਦੀ ਮੂਰਾ ਕੱਢ ਕੇ ਚਲੀ ਗਈ, ਬਸ ਜਾਨੀ ਨੁਕਸਾਨ ਤੋਂ ਬਚ ਗਈ ਜੀ। ਅਤੇ ਹੋਰ ਕੋਈ ਬਿਜਲੀ ਦਾ ਕੁਛ ਨਹੀਂ ਬਚਿਆ, ਨਾ ਕੋਈ ਮੀਟਰ, ਨਾ ਮੂਟਰ, ਨਾ ਕੋਈ AC ਜੀ, ਨਾ ਕੋਈ ਫਰਿੱਜ, ਨਾ ਕੋਈ ਇਨਵੈਟਰ, ਸਾਰਾ ਨੁਕਸਾਨ ਹੋ ਗਿਆ ਜੀ। ਅਤੇ ਡਿੱਗੀ ਕਦੋਂ ਕਿਸੇ ਪਈ? ਇਹ 1:45 ਦਾ ਟਾਈਮ ਹੋਊਗਾ ਜੀ ਰਾਤ ਨੂੰ। ਅਤੇ ਮੀਟਰ ਵਗੈਰਾ ਵੀ ਸੜ ਗਿਆ? ਮੀਟਰ ਵੀ ਸੜ ਗਿਆ ਜੀ, ਕੋਈ ਚੀਜ਼ ਨਹੀਂ ਬਚੀ ਬਿਜਲੀ ਦੀ ਤਾਂ ਜੀ, ਸਾਰੀ ਜਿੰਨੀ ਵੀ ਘਰੇ ਸੀਗੀ, ਮੀਟਰ ਵੀ ਸੜ ਗਿਆ ਜੀ। ਇਹ ਤੁਹਾਡੇ ਇਕੱਲੇ ਦੇ ਘਰ ਦਾ ਨੁਕਸਾਨ ਹੋਇਆ ਕਿ ਆਸੇ ਪਾਸੇ ਵਾਲਿਆਂ ਦੇ ਵੀ ਹੋਏ ਜੀ? ਜਿਵੇਂ ਸਰਪੰਚਾਂ ਦਾ ਜੀ, ਇੱਧਰ ਨਾਲ ਜਿੰਨੇ ਆਂਢੀ ਗੁਆਂਢੀ ਸੀਗੇ ਸਾਰਿਆਂ ਦੇ, ਕਿਸੇ ਦੇ ਕੈਮਰੇ ਸੜ ਗਏ, ਕਿਸੇ ਦੇ ਪੱਖੇ ਸੜ ਗਏ, ਕਿਸੇ ਦੀ ਫਰਿੱਜ, ਮਤਲਬ ਪਾਸੇ ਵਾਲਿਆਂ ਦਾ ਵੀ ਸਾਰਿਆਂ ਦਾ ਨੁਕਸਾਨ ਹੋਇਆ ਜੀ।